ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Cyprus Live ਵਿੱਚ ਦੋਸਤੋ ਤੁਸੀਂ ਦੇਖ ਰਹੇ ਆ ਸਾਡਾ YouTube ਚੈਨਲ Cyprus Live ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਜਿੱਦਾਂ ਕਮੈਂਟਾਂ ਦੇ ਵਿੱਚ ਪੁੱਛੇ ਗਏ ਸਵਾਲ ਸੀਗੇ ਕਿ ਤੁਸੀਂ ਸਾਈਪ੍ਰਸ ਦੇ ਵਿੱਚ ਜਿਹੜੇ ਅੰਕੜੇ ਹੈਗੇ ਆ ਉਹ ਵੀ ਦੱਸਿਆ ਕਰੋ ਨਾ ਉਹਨਾਂ ਬਾਰੇ ਵੀ ਜਾਣਕਾਰੀ ਦਿਆ ਕਰੋ ਸੋ ਆਪਾਂ ਉਸੇ ਮੁਤਾਬਕ ਜਿਹੜੀ ਅੱਜ ਦੀ ਵੀਡੀਓ ਉਹਦੇ ਮੁਤਾਬਕ ਹੀ ਆ ਵੀ ਸਾਈਪ੍ਰਸ ਦੇ ਵਿੱਚ ਕੰਨੇ ਕੇਸ ਸੀਗੇ ਜਿਹੜੇ ਨਵੇਂ ਨਵੇਂ ਕਿੰਨੇ ਕੇਸ ਆਇਆ ਦਾ ਤੇ ਡੈਥ ਕਿੰਨੀਆਂ ਹੋ ਚੁੱਕੀਆਂ ਵਾ ਸੋ ਸਕੇਲ ਦੇ ਹਿਸਾਬ ਨਾਲ ਜਿੱਦਾਂ ਕਿ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਕਦੋਂ 16 ਮਾਰਚ ਤੋਂ ਠੀਕ ਹੈ ਪਹਿਲੋ ਘਟ ਸੀ ਉਸ ਤੋਂ ਬਾਅਦ ਫਿਰ 23 ਮਾਰਚ ਨੂੰ ਥੋੜੇ ਵਧੇ ਉਸ ਤੋਂ ਬਾਅਦ ਫਿਰ 30 ਮਾਰਚ ਇਤੋਂ ਜ਼ਿਆਦਾ ਇੱਕਦਮ ਵਧੇ ਕੇਸ ਜਿਹੜੇ ਕਨਫਰਮ ਕੇਸ ਰਿਕਵਰ ਹੋਏ ਸੀਗੇ ਠੀਕ ਹੈ ਉਸ ਤੋਂ ਬਾਅਦ ਫਿਰ ਜਿੱਦਾਂ ਵੀ 6 April ਤੱਕ ਫੇਰ ਘਟੇ ਠੀਕ ਹੈ ਜੀ ਘਟ ਗਿਣਤੀ ਆਈ ਤੇ 13 April ਤੱਕ ਘਟਾ ਸੋ ਬਾਕੀ ਜਿਹੜਾ ਵੀ ਹੁਣ ਦੇ ਜਿਹੜੇ ਹੋਂ ਤੱਕ ਦੀ ਜਿਹੜੀ ਰਿਪੋਰਟ ਆ ਸਾਈਪਰਸ ਦੀ ਉਸ ਬਾਰੇ ਹੈਗਾ ਵਾ ਵੀ ਕਨਫਰਮ ਕੇਸ ਕਿੰਨੇ ਆ ਤੇ ਡੈਥ ਕਿੰਨੀਆਂ ਹੋ ਚੁੱਕੀਆਂ ਵਾ ਹਨਾ ਰਿਕਵਰ ਕਿੰਨੇ ਆ ਸੋ ਜਿਹੜੇ ਸਾਈਪਰਸ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋਣੇ ਆ ਠੀਕ ਹੈ ਜੀ ਤੇ ਕਨਫਰਮ ਕੇਸ ਹੈਗੇ 72500 ਤੇ ਰਿਕਵਰ 77000 ਤੇ ਡੈਥ ਹੋ ਗਈਆਂ 12 ਹੋ ਚੁੱਕੀਆਂ ਠੀਕ ਹੈ ਤੇ ਸਭ ਤੋਂ ਜ਼ਿਆਦਾ ਮਤਲਬ ਯੂਨਾਈਟਿਡ ਸਟੇਟ ਦੇ ਵਿੱਚ ਆ 6,760,676 ਠੀਕ ਹੈ 56,127 ਹੈਗੀਆਂ ਜਿਹੜੇ ਰਿਕਵਰ ਠੀਕ ਹੈ 34,784 ਠੀਕ ਹੈ ਦੇ ਤੂ ਚੁੱਕੀਆਂ ਤੇ ਸਪੇਨ ਦੇ ਵਿੱਚ ਤੁਸੀਂ ਦੇਖ ਲਓ ਵੀ 1,85,309 ਆ ਠੀਕ ਹੈ ਜੀ ਤੇ 74,797 ਆ ਤੇ ਜਿਹੜੇ ਰਿਕਵਰ ਆ ਤੇ ਜਿਹੜੀ ਡੈਥ ਆ 19516 ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਸਭ ਤੋਂ ਜ਼ਿਆਦਾ ਜਿਹ ਹੁਣ ਟਿਕਰ ਜਿਹੜੇ ਆ ਜ਼ਿਆਦਾ ਕੇਸ ਆ ਜਿਹੜੇ ਯੂਨਾਈਟਿਡ ਸਟੇਟ ਦੇ ਵਿੱਚ ਹੀ ਆ ਤੇ ਸਭ ਤੋਂ ਜ਼ਿਆਦਾ ਜਿੱਦਾਂ ਸਭ ਤੋਂ ਰਿਚ ਜਿਹੜੀ ਕੰਟਰੀ ਇਹ ਆ ਸਭ ਤੋਂ ਵੱਡੀ ਪਾਵਰ ਆ ਤੇ ਫਿਰ ਇਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਆ ਪਤਾ ਨਹੀਂ ਕੀ وجہ ਹੈ ਕਿ ਇਹਨਾਂ ਦੇ ਕੰਟਰੋਲ ਨਹੀਂ ਹੋ ਰਿਹਾ ਇਹਨਾਂ ਕੋਲ ਸੋ ਉਸ ਤੋਂ ਬਾਅਦ ਸਪੇਨ ਠੀਕ ਹੈ ਸਪੇਨ ਦੇ ਵਿੱਚ ਆਪਾਂ ਗੱਲ ਕਰ ਲਈ ਇਟਲੀ ਦੀ ਇਟਲੀ ਦੀ ਗੱਲ ਕਰਦੇ ਹਾਂ ਜੀ ਇਟਲੀ ਦਾ ਜਿੰਦਾਂ ਜਿਆਦਾ ਬਹੁਤ ਜਿਆਦਾ ਰੌਲਾ ਸੀਗਾ ਠੀਕ ਹੈ ਤੇ ਇਟਲੀ ਦੇ ਵਿੱਚ ਵੀ ਜਬ ਤੋਂ ਜਿਆਦਾ ਹਾਹਾਕਾਰ ਮਚਾਈ ਸੀ ਮੀਡੀਆ ਨੇ ਵੀ ਨਾ ਹੋਗੀ ਤਾਂ ਹੋਗੀ ਜਿਹੜੀਆਂ ਝੂਠੀਆਂ ਰਿਪੋਰਟਾਂ ਕੁਝ ਜਿਆਦੀਆਂ ਸੀਗੀਆਂ ਖਬਰਾਂ ਜਿਆਦੀਆਂ ਸੀਗੀਆਂ ਸੋ ਬਾਕੀ ਜਿੰਦਾਂ ਤੁਸੀਂ ਇਟਲੀ ਦੇ ਵਿੱਚ ਦੇਖ ਰਹੇ ਹੋਣੇ ਆ ਵੀ 168941 ਆ ਠੀਕ ਹੈ ਤੇ ਜਿੰਦਾਂ 40164 ਜਿਹੜੇ ਆ ਰਿਕਵਰ ਆ ਤੇ ਡੈਥ ਹੋਈਆਂ ਜਿਹੜੀਆਂ 22100 ਇਹ ਸੱਤਰ ਠੀਕ ਹੈ ਇਸ ਤਰ੍ਹਾਂ ਜਰਮਨੀ ਦੇ ਵਿੱਚ ਜਰਮਨੀ ਦੇ ਵਿੱਚ ਵੀ ਦੇਖੋ ਜੀ ਤੇ 137698 66500 ਰਿਕਵਰ ਆ ਤੇ ਜਿਹੜੀਆਂ ਮੌਤਾਂਵਾ 4052 ਤੇ ਫਰਾਂਸ ਦੇ ਵਿੱਚ ਵੀ ਇਸੇ ਤਰ੍ਹਾਂ ਤੁਸੀਂ ਆਪਣੀ ਸਾਰੀ ਲਿਸਟ ਦੇਖ ਸਕਦੇ ਆ ਤੇ ਬਾਕੀ ਗੱਲ ਕਰਦੇ ਹੁਣ ਆਪਾਂ ਯੂਕੇ ਦੀ ਦੇਖੋ ਯੂਕੇ ਦੇ ਵਿੱਚ ਵੀ ਜਿੱਦਾਂ ਹੈਗੇ ਆ ਕੇਸ 103093 ਆ ਤੇ ਜਿਹੜੀਆਂ ਵਾ ਰਿਕਵਰ ਦੀ ਕੋਈ ਰਿਪੋਰਟ ਨਹੀਂ ਹੈਗੀ ਇਹਦੇ ਇੱਥੇ ਸ਼ੋ ਕਰਦਾ ਪਿਆ ਤੇ ਮਤਲਬ ਜਿਹੜੀਆਂ ਵਾ ਡੈੱਥ ਆ 13729 ਆ ਹੁਣ ਤੱਕ ਦੀਆਂ ਤੇ ਚਾਈਨਾ ਜਿਹੜਾ ਸਭ ਤੋਂ ਵੱਡੀ ਮੇਨ ਜੜ ਚਾਈਨਾ ਜਿਹੜੀ ਹੈ ਚਾਈਨਾ ਦੇ ਵਿੱਚ ਦੇਖ ਲਓ ਜੀ ਹੁਣ ਟਿਕਰ ਜਿੱਦਾਂ ਸੀਗੇ ਜਿਹੜੇ ਆ ਕੇਸ 82367 ਠੀਕ ਹੈ 77944 ਠੀਕ ਹੈ ਤੇ 3342 ਤੇ ਇਸੇ ਤਰ੍ਹਾਂ ਦੇਖੋ ਜੀ ਸਾਰੀਆਂ ਰਿਪੋਰਟਾਂ ਜੇ ਆਪਾਂ ਸਾਰੇ ਦੇਸ਼ਾਂ ਦੀਆਂ ਦੇਖੀਏ ਤੇ ਇੱਥੇ ਆਪਾਂ ਸ਼ੋਅ ਦੇਖ ਲੈਨੇ ਆਂ ਠੀਕ ਹੈ ਇਸੇ ਤਰ੍ਹਾਂ ਸਾਰੀਆਂ ਦੇਸ਼ਾਂ ਦੇ ਵਿੱਚ ਜਿੱਦਾਂ ਪੁਟਾਨ ਦੇ ਵਿੱਚ ਵੀ ਘਾਟਾ ਜਿੱਦਾਂ ਇਹ ਸਾਰੀਆਂ ਲਿਖੀਆਂ ਹੋਈਆਂ ਹਨ ਤੇ ਇਦਾਂ ਵਾ ਤੁਹਾਨੂੰ ਦਿਖਾਉਣਾ ਪਿਆ ਹੋਰਾਂ ਕੰਟਰੀਆਂ 'ਚ ਘਾਟਾ ਜਿੱਦਾਂ ਜਿਹੜੇ ਵੱਡੇ-ਵੱਡੇ ਆ ਜ਼ਿਆਦਾ ਜਿੱਦਾਂ ਯੂਰਪ ਕੰਟਰੀਆਂ ਦੇ ਵਿੱਚ ਜ਼ਿਆਦਾ ਆ ਇਹ ਤੇ ਨੇਪਾਲ ਦੇ ਵਿੱਚ ਦੇਖ ਲੋ ਜੀ ਨੇਪਾਲ ਦੇ ਵਿੱਚ 16ਵਾਂ ਠੀਕ ਹੈ ਹੁਣ ਤੱਕ ਦੀ ਜਿਹੜਾ ਰਿਪੋਰਟ ਇੱਥੇ ਸ਼ੋਅ ਕਰਦਾ ਪਿਆ 16 ਠੀਕ ਹੈ ਤੇ ਇੱਕ ਕੇਸ ਹੈ ਤੇ ਡੈਥ ਜ਼ੀਰੋ ਇੱਥੇ ਲਿਖਿਆ ਆਇਆ ਠੀਕ ਹੈ ਤੇ ਬਾਕੀ ਫਿਜੀ ਦੇ ਵਿੱਚ ਇਹ ਰਿਪੋਰਟ ਦੇ ਮੁਤਾਬਕ ਹੈ ਬਾਕੀ ਪਤਾ ਨਹੀਂ ਅਜੇ ਇਹਦੇ ਉੱਤੇ ਅਪਡੇਟ ਹੋਈ ਜਾਂ ਨਹੀਂ ਹੋਈ ਸੀਰੀਆ ਦੇ ਵਿੱਚ ਤੇ ਆਪਣੀ ਇੰਡੀਆ ਦਾ ਦੇਖਦੇ ਆਂ ਇੰਡੀਆ ਸ਼ੂ ਕਰਦਾ ਇੱਥੇ ਕਿ ਨਹੀਂ ਕਰਦਾ ਸੋ ਇੰਡੀਆ ਦਾ ਦੇਖ ਕੇ ਦੇ ਲੈਣੇ ਆਂ ਵੀਟ ਕਰਿਓ ਤੇ ਵਿਤਨਾਮ ਵਿਤਨਾਮ ਦੇਖੋ ਜਿੱਦਾਂ ਇਹ ਵੀ ਤਾਂ ਇਹ ਕਿਹੜਾ ਕੋਈ ਛੜਦੇ ਆ ਵੀ ਬਿੱਲੀਆਂ ਬੁੱਲੀਆਂ ਸਭ ਖਾਈ ਜਾਂਦੇ ਆ ਠੀਕ ਹੈ ਤੇ ਇਹਨਾਂ ਦੇ ਵੀ ਦੇਖ ਲੋ ਉਦਾਂ ਕਹਿੰਦੇ ਸੀ ਇਦਾਂ ਹੁੰਦੀ ਆ ਇਹਨਾਂ ਚੀਜ਼ਾਂ ਘਾਲਦੇ ਹੁੰਦੀ ਆ ਇਹਨਾਂ ਦੇ ਵੀ ਵਿਤਨਾਮ ਦੇ ਵਿੱਚ ਵੀ ਕਾਫੀ ਘਟਿਆ 268 ਆ 170 ਆ ਇੱਕ 177 ਆ ਜਿਹੜੇ ਕਨਫਰਮ ਤੋਂ ਮੌਤ ਜ਼ੀਰੋ ਆ ਇਦਾਂ ਲਿਖਿਆ ਇੱਥੇ ਤੇ ਬਾਕੀ ਜਾਰਡਨ ਮਾਲਟਾ ਇਦਾਂ ਦੇ ਸਾਰੀਆਂ ਰਿਪੋਰਟ ਆ ਇਸ ਦੇ ਵਿੱਚ ਹੈਗੀਆਂ ਵਾ ਹੁਣ ਤੱਕ ਦੀਆਂ ਜਿਹੜੀਆਂ ਘਟੇ ਹੋਏ ਆ ਜਿਹੜੇ ਵੀ ਤੇ ਇੰਡੀਆ ਦਾ ਤਾਂ ਸ਼ੋਅ ਹੀ ਨਹੀਂ ਹੋਇਆ ਇੱਥੇ ਅਜੇ ਤੱਕ ਨਿਊਜ਼ੀਲੈਂਡ ਤੇ ਇਹਦੇ ਉੱਤੇ ਵੀ ਆ ਇੱਕ 1086 116 ਠੀਕ ਕਵੈਤ ਦੇ ਵਿੱਚ 225 ਜਾਂ ਤਿੰਨ ਡੈਥ ਹੋ ਚੁੱਕੀਆਂ ਬੰਗਲਾਦੇਸ਼ ਦੇ ਵਿੱਚ ਵੀ ਕੁਰੈਸ਼ੀਆ ਦੇ ਵਿੱਚ ਗ੍ਰੀਸ ਗ੍ਰੀਸ ਦੇ ਵਿੱਚ ਹੈਗੇ ਆ 2277 ਠੀਕ ਹੈ ਜੀ ਜਿਹੜੀ ਅੱਜ ਦੀ ਰਿਪੋਰਟ ਸੀਗੀ ਇਹ ਆ ਜੀ ਆਪਾਂ ਤੁਹਾਨੂੰ ਇਸ ਮਤਲਬ ਜਿਹੜੀ ਆਨਲਾਈਨ ਆ ਜਿਹੜੀ ਇਹ ਤੇ ਮੈਂ ਤੁਹਾਨੂੰ ਦਿਖਾ ਦਿੱਤੀ ਆ ਸੋ ਬਾਕੀ ਜਿਹੜੀ ਹੋਰ ਜਿਹੜੀ ਅਪਡੇਟ ਹੋਊਗੀ ਆਪਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਕਰਕੇ ਰੱਖਿਓ ਤੇ ਜਿਹੜਾ ਬੈਲ ਵਾਲਾ ਨਿਸ਼ਾਨ ਆ ਉਹਨੂੰ ਵੀ ਮਤਲਬ ਐਨੇਬਲ ਕਰ ਲਿਓ ਆ ਦੇਖੋ ਜੀ ਇੰਡੀਆ ਵਾਲੀ ਆ ਗਈ ਜੀ ਇੰਡੀਆ ਚ ਇਹ ਸ਼ੋ ਕਰਦਾ ਵੀ 13387 ਠੀਕ ਆ ਜੀ ਤੇ 1749 ਹੈਗੇ ਆ ਆਪਣੇ ਕਨਫਰਮ ਤੇ 437 ਜੜੀਆਂ ਵਾਂ ਡੈਥ ਹੋ ਚੁੱਕੀਆਂ ਜਿੱਥੇ ਦਾਦਾ ਸੋ ਅੱਜ ਦੀ ਵੀਡੀਓ ਚ ਇੰਨੇ ਕੀ ਨੈਕਸਟ ਵੀਡੀਓ ਆਪਾਂ ਜਲਦੀ ਕਰਾਂਗੇ